ਅਸਲਾਮੁ ਅਲੈਕੁਮ ਸੱਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਆ। ਅੱਜ ਦਿਨ ਜੀ ਬੁੱਧ ਦਾ ਤੇ ਇਸ ਟਾਈਮ ਸਿਆਲਕੋਟ ਦੇ ਸਸਤੇ ਤੇ ਮਾਸ਼ਾਅੱਲਾ ਜੀ ਨਾਮਵਰ ਵਪਾਰੀ ਮੁਹੰਮਦ ਇਮਰਾਨ ਸਾਹਿਬ ਦੇ ਡੇਰੇ ਤੇ ਮੌਜੂਦ ਆ। ਤੇ ਮਾਸ਼ਾਅੱਲਾ ਜੀ ਇਮਰਾਨ ਸਾਹਿਬ ਨੇ ਇੱਕ ਦਫਾ ਫਿਰ ਦਿਲ ਖੁਸ਼ ਕੀਤਾ, ਖੜਾ ਕੀਤਾ ਦੋਸਤਾਂ ਵਾਸਤੇ 7 ਟਾਪ ਕਲਾਸ ਪਹਿਲਵਾਨ ਚੋਟੀਆਂ, ਇਸ ਤੋਂ ਇਲਾਵਾ 4 ਗਾਵਾਂ ਵੀ ਲੈ ਕੇ ਆਏ ਨੇ। ਕਮ ਅਜ਼ ਕਮ ਕੀਮਤ ਤੇ ਜੀ 1,70,000 ਤੇ ਮਾਸ਼ਾਅੱਲਾ ਜੀ 14 ਕਿਲੋ ਦੁੱਧ ਵਾਲਾ ਜਾਨਵਰ ਵੀ ਮੌਜੂਦ ਹੈ। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਿਬ ਰੇਟ ਹੈ ਉਹ ਵੀ ਮਲੂਮ ਕਰਨੇ ਆ। ਭਾਈ ਇਮਰਾਨ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁ ਅਲੈਕੁਮ ਜੀ। ਵਾਲੇਕੁਮ ਅਸਲਾਮ ਭਾਈ ਤੇਜਬ, ਕੀ ਹਾਲ ਜੀ? ਠੀਕ ਠਾਕ ਹੋ ਭਾਈ ਫਰਾਜ਼ ਤੇ ਭਾਈ ਤੇਜਬ ਜੀ? ਅੱਲਾਹ ਦਾ ਸ਼ੁਕਰ ਹੈ ਭਾਈ ਇਮਰਾਨ ਸਾਹਿਬ, ਤੁਸੀਂ ਆਪਣਾ ਸੁਣਾਓ, ਠੀਕ ਹੋ? ਸਭ ਹੈਰੀਏ ਤੇ ਅੱਲਾਹ ਪਾਕ ਦੀ ਬੜੀ ਰਹਿਮਤ ਜੀ, ਅਲਹਮਦੁਲਿਲਾ ਸ਼ੁਕਰ। ਸਰਦੀ ਹੋਈ ਹੈ ਕਾਫੀ ਹੈ? ਸਰਦੀ ਬੜੀ ਜੀ, ਅੱਜ ਵੇਖ ਲਓ ਮਾਲ ਵੀ ਉਸੇ ਤਰ੍ਹਾਂ ਹੀ ਹੈ, ਕੰਬਣ ਡਿਆ ਹੈ, ਅਸੀਂ ਵੀ ਉਸੇ ਤਰ੍ਹਾਂ ਕੰਬਣ ਡਏ। ਨਹੀਂ ਸਰ, ਬਿਹਤਰ ਕੀਤਾ, ਨਾਲੇ ਤੁਸੀਂ ਅੱਜ ਇੱਕ ਡਾਇਲੋਗ ਬੋਲਣਾ ਤੇ ਉਹ ਸ਼ੁਰੂ 'ਚ ਬੋਲ ਛੱਡੋ, ਅੱਜ ਹੈ ਵੀ ਅੱਜ ਕੀ ਬਾਅਦ 'ਚ ਬੋਲਣਾ। ਆਉਂਦੇ ਨੇ ਲਾਲ ਗੋਦੜੀਆਂ ਜੀ ਪੇ ਲੱਭਦੇ ਨੇ, ਆਹ ਤਾਂ ਵੇਖੋ ਨਹਾਉਂਦੀ ਤੇ ਲੋੜ ਹੀ ਕੋ ਨਹੀਂ। ਬਿਲਕੁਲ ਜੀ, ਇਹ ਚੈੱਕ ਕਰੋ ਨਾ ਮਾਸ਼ਾਅੱਲਾ ਜੀ, ਇਹ ਅੱਛੇ ਜਾਨਵਰ ਭਾਈ ਜੀ ਲੈ ਕੇ ਆਏ ਨੇ, ਕੀਮਤੀ ਤੋਹਫੇ ਨੇ ਇਹ। ਭਾਈ ਇਮਰਾਨ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ, ਹਰ ਬੁੱਧ ਵਾਲੇ ਦਿਨ ਜਨਾਬ ਦੀ ਵੀਡੀਓ ਅਪਲੋਡ ਕੀਤੀ ਜਾਂਦੀ ਹੈ। ਦੋਸਤਾਂ ਨੂੰ ਫੇਰ ਆਪਣਾ ਤੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ ਜੀ। ਮੇਰਾ ਨਾਮ ਮੁਹੰਮਦ ਇਮਰਾਨ ਵਲਦ ਗੁਲਾਮ ਮੁਸਤਫਾ, ਜ਼ਿਲ੍ਹਾ ਸਿਆਲਕੋਟ, ਤਹਿਸੀਲ ਪਸਰੂਰ, ਪਿੰਡ ਠਰੋ ਮੰਡੀ, ਖਾਸ ਠਰੋ ਮੰਡੀ ਪਿੰਡ ਹੈ ਸਾਡਾ। ਠੀਕ ਹੈ ਭਾਈ ਇਮਰਾਨ, ਕਹਿਣ ਦੀ ਜ਼ਰੂਰਤ ਨਹੀਂ, ਰੇਟ ਅੱਗੇ ਵੀ ਅੱਛੇ ਹੁੰਦੇ ਨੇ, ਕੰਮ ਸੋਹਣਾ। ਪਿਛਲੀ ਵੀਡੀਓ 'ਚ ਕੁਛ ਦੋਸਤਾਂ ਕਿਹਾ, ਲੇਕਿਨ ਅੱਜ ਤੁਸੀਂ ਕਹਿੰਦੇ ਹੋ ਕਿ ਉਹ ਕਮੀ ਜਿਹੜਾ ਨਾ ਦੂਰ ਹੋਈਏ ਜੀ, ਇਨਸ਼ਾਅੱਲਾ। ਯਾਨੀ ਕਿ ਖੜਾਕ ਹੋਏ ਜੀ, ਵੀਡੀਓ 'ਚ ਖੁਦ ਕਹਿੰਦੇ ਹੋ ਨਾ ਕਿ ਖੜਾਕ ਕਰਨਾ, ਅੱਜ ਫਿਰ ਇੱਕ ਵਾਰੀ ਖੜਾਕ ਹੋਈਏ ਭਾਜੀ, ਇਨਸ਼ਾਅੱਲਾ ਖੜਾਕ ਹੀ ਹੋਏਗਾ। ਕਰਾਈਏ ਸ਼ੌਕ ਜੀ ਪਿਆਰੇ ਭਾਈ, ਲੈ ਕੇ ਆਓ ਜੀ, ਇਹ ਕਰੋ ਸ਼ੁਰੂ, ਝੋਟੀਆਂ ਤੇ ਕਰ ਲਓ। 4 ਗਾਵਾਂ ਵੀ ਮੌਜੂਦ ਨੇ, ਕਮ ਅਜ਼ ਕਮ ਕੀਮਤ 1,70,000, ਸਾਰੇ ਜਾਨਵਰਾਂ ਦੀ ਤਸੱਲੀ ਕਰਾ ਦਿੰਦੇ ਆ। ਪਹਿਲਵਾਨ ਹੀ ਖੋਲੀ ਨੰਬਰ 1 ਤੇ, ਉਹ ਵੀ ਦੋਸਤਾਂ ਚੈੱਕ ਕਰੋ ਮਾਸ਼ਾਅੱਲਾ ਜੀ, ਪਹਿਲਵਾਨ ਚੀਜ਼ ਆ ਗਈ, ਲਿਬਾਸ ਦੋਸਤਾਂ ਵੇਖ ਲੈਣਾ ਭਾਈ, ਜਾ ਅੱਗੇ ਲਾ ਕੇ ਫਿਰ ਟੋਰਨੀ, ਜਦੋਂ ਵੀ ਟੋਰਨੀ ਜਾ ਕੇ ਲਾ ਕੇ ਟੋਰਨੀ ਖਿਲਾਰੋ ਇੱਥੇ ਜੀ। ਭਾਈ ਇਮਰਾਨ ਸਾਹਿਬ, ਕਿੰਨਵਾਂ ਸੂਆ ਸੂਈ ਹੈ ਤੇ ਕਿੱਦਾਂ ਦੀ ਸੂਈ ਹੈ? ਸੂਆ ਤੀਸਰਾ ਭਾਈ ਫਰਾਜ਼, ਸੂਆ ਤੀਸਰਾ ਮਾਸ਼ਾਅੱਲਾ ਜੀ, ਪਿੱਛੇ ਕੱਟੀ, ਪਿੱਛੇ ਕੱਟੀ ਭਾਈ, ਲੋ ਆਇਓ ਚੱਕਰ, ਨੰਬਰ 1 ਤੇ ਆ ਗਈ ਹੈ। ਦਿਨ ਕਿੰਨੇ ਕੁ ਹੋ ਗਏ ਨੇ ਸੂਇਆਂ ਨੂੰ? ਤਕਰੀਬਨ 20 ਹੋ ਗਏ ਜੀ ਸੂਈ, 20 ਕੁ ਦਿਨ ਹੋ ਗਏ ਨੇ। ਪੁੱਠਾ ਦੋਸਤਾਂ ਵੇਖ ਲੈਣਾ, ਪੂਰੀ ਪਹਿਲਵਾਨ ਚੀਜ਼ ਹੈ, ਛੋਟੀ ਜਸਾਮਤ ਨਹੀਂ, ਵੱਡੀ ਜਸਾਮਤ ਵਾਲਾ ਜਾਨਵਰ ਹੈ। ਤੀਸਰਾ ਸੂਆ ਸੂਈ ਹੈ, ਪਿੱਛੇ ਤੇ ਕੱਟੀ, ਕੱਟੀ ਵੀ ਸਿਹਤਮੰਦ ਹੈ ਮਾਸ਼ਾਅੱਲਾ ਜੀ, ਕੱਟੀ ਵੀ ਦੋਸਤਾਂ ਵੇਖ ਲੈਣੀ, ਖਿਲਾ ਰਹੇ ਭਾਈ ਇੱਥੇ। ਤੇ 20 ਕੁ ਦਿਨ ਹੋ ਗਏ ਨੇ ਭਾਈ ਇਮਰਾਨ ਸਾਹਿਬ, ਦੁੱਧ ਕਿੰਨਾ ਦੇ ਕੋਲ? ਭਾਈ ਫਰਾਜ਼, 12 ਸਿਰ ਪੱਕਾ ਦੁੱਧ ਹੋਏਗਾ ਦੇ ਕੋਲ। ਠੀਕ ਹੈ ਮਾਸ਼ਾਅੱਲਾ, 12 ਕਿਲੋ ਚੁਆਈ ਦਾ ਜਾਂ ਬੱਚੇ ਸਮੇਤ? ਬੱਚੇ ਸਮੇਤ ਭਾਈ ਫਰਾਜ਼, ਸਰਦੀ ਥੋੜੀ ਜੇ, ਦੁੱਧ ਕਿੱਥੋਂ ਦੇਣ ਡੰਗਰ? ਜ਼ਿੰਦਾਬਾਦ, ਇਹ ਵੀ ਡੰਗਰ ਚੰਗੇ ਨੇ ਤੇ ਤਾਂ ਇਹਨਾਂ ਨਾਲ ਦੁੱਧ ਦੇਣ ਦੇ। ਜ਼ਬਰਦਸਤ, 12 ਕਿਲੋ ਲਿਬਾਸ ਵੇਖ ਕੇ ਜ਼ਿਆਦਾ ਵੀ ਕਹਿ ਸਕਦੇ ਹੋ, ਅੱਛੀ ਗੱਲ ਹੈ, ਦੋਸਤ ਇਤਮਾਦ ਕਰਦੇ ਨੇ। ਜਿਹੜੀ ਗੱਲਬਾਤ ਹੈ ਵੇਖ, ਹਕੀਕਤ ਦੋਸਤਾਂ ਨੂੰ ਹੀ ਦੱਸਣੀ ਭਾਈ, ਇਹਦਾ ਚਿਹਰਾ ਵੀ ਸਾਹਮਣੇ ਕਰਿਓ ਜੀ। ਸੂਆ ਤੀਸਰਾ, 20 ਕੁ ਦਿਨ ਹੋ ਗਏ ਨੇ, 12 ਕਿਲੋ ਦੁੱਧ ਦੀ ਗਰੰਟੀ ਹੋਈ ਦੀ, ਬੱਗੀ ਮੁੱਛ, ਦੋਵਾਂ ਅੱਖਾਂ ਦੀ ਰੰਗਤ ਸੇਮ ਹੈ, ਪਿੱਛੇ ਦੇ ਕੱਟੀ। ਠੀਕ ਹੈ ਭਾਈ, ਲੈ ਚਲੋ ਜੀ, ਥਣ ਵੀ ਸੋਹਣੇ ਪਾਵਰਫੁੱਲ ਲੱਗੇ ਨੇ। ਸੂਆ ਤੀਸਰਾ ਸੂਈ ਹੈ ਮਾਸ਼ਾਅੱਲਾ ਜੀ, ਨਜ਼ਾਰਾ ਦੋਸਤਾਂ ਫੇਅਰ ਕਰ ਲੈਣਾ, ਤੇ ਲਿਬਾਸ ਵੀ ਸੋਹਣਾ ਕੀਤਾ ਮਾਸ਼ਾਅੱਲਾ। ਮੱਝ ਨੰਬਰ 1 ਜੀ ਇਮਰਾਨ ਸਾਹਿਬ, ਮੱਝ ਨੰਬਰ 1 ਦਾ ਰੇਟ ਸੋਹਣਾ ਜਿਹਾ ਭਾਈ ਫਰਾਜ਼, ਤਾਂ ਖੜਾਕ ਹੀ ਨੇ ਨਾ ਅੱਜ, ਸਰ ਖੜਾਕ ਕਰੋ ਪੂਰਾ, ਸਿਰਫ 3 ਲੱਖ ਰੁਪਈਆ, 3 ਲੱਖ, ਅੱਜ 5 ਲੱਖ ਦੀਜੇ ਪਰ ਸਿਰਫ 3 ਲੱਖ ਰੁਪਏ। ਜ਼ਬਰਦਸਤ, ਲੋ ਜੀ ਦੋਸਤੋ, ਇਹ ਤਸੱਲੀ ਕਰ ਲੈਣੀ ਮਾਸ਼ਾਅੱਲਾ ਜੀ, ਚੀਜ਼ ਅੱਛੀ ਹੈ, ਪੁੱਠਾ ਵੀ ਦੋਸਤਾਂ ਚੈੱਕ ਕਰਨਾ, ਕੀਮਤ ਡਿਮਾਂਡ 3 ਲੱਖ, ਰੇਟ ਤਕਰੀਬਨ ਫਾਈਨਲ ਫਾਈਨਲ, ਕੋਈ ਮਾਮੂਲੀ ਜਿਹਾ ਪਿਆਰ ਮੁਹੱਬਤ ਕਮੀ ਪੇਸ਼ੀ ਹੋਈ ਹੈ ਜੀ। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ, ਇਹ ਵੀ ਪਹਿਲਵਾਨ ਚੀਜ਼,
ਚਿਹਰਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ, ਸੀਨੀਆਂ ਚੈੱਕ ਕਰ ਲੈਣੀਆਂ ਨੇ, ਦੋਵਾਂ ਅੱਖਾਂ 'ਚ ਰੰਗਾ ਸੇਮ ਹੈ। ਟੋਰੋ ਬਾਈ ਜਾਨ ਜੀ, ਭਾਈ ਇਮਰਾਨ ਸਾਹਿਬ ਕਿੰਨਵਾਂ ਸੂਆ ਦਾ? ਬਾਈ ਫਰਾਜ ਦੂਸਰਾ ਸੂਆ ਸੂਈ, ਦੂਸਰਾ ਸੂਆ ਸੂਈ ਹੈ ਮਾਸ਼ਾਅੱਲਾ ਜੀ। ਪਿੱਛੇ ਇਹਦੇ ਵੀ ਕੱਟੀ ਜੇ? ਠੀਕ ਹੈ, ਕਿੰਨੇ ਕੁ ਦਿਨ ਹੋ ਗਏ ਨੇ ਸੂਆ ਨੂੰ? ਇਹਨਾਂ ਕੋਲ 5 ਤੋਂ 6 ਦਿਨ ਸੂਈ। ਠੀਕ ਹੈ, 5-6 ਦਿਨ ਹੋ ਗਏ ਨੇ, ਪਿੱਛੇ ਇਹਦੇ ਵੀ ਕੱਟੀ ਜੇ ਸੂਆ। ਦੂਸਰਾ ਪੁੱਠਾ ਵੀ ਦੋਸਤਾਂ ਵੇਖਣਾ, ਸਿਹਤ ਚੰਗੀ ਹੈ, ਚੌੜਾ ਪੁੱਠਾ ਮਾਸ਼ਾਅੱਲਾ ਜੀ। ਬਾਈ ਇੱਥੇ ਕਰੋ ਜ਼ਰਾ ਸਿੱਧੀ, ਇਹ ਚੈੱਕ ਕਰੋ ਜੀ, ਪਿੱਛੇ ਇਹਦੇ ਕੱਟੀ ਝੋਟੀ ਨੰਬਰ 2, ਕਿੰਨਾ ਕੁ ਬੋਲਿਆ ਇਹਦੇ ਕੋਲ? ਸਭ ਤੋਂ ਜ਼ਿਆਦਾ ਦੇ ਕੋਲ ਹੀ ਦੋਵਾਂ ਟਾਈਮਾਂ ਦਾ ਟੋਟਲ, ਯਾਨੀ ਬੱਚੇ ਸਮੇਤ 13-14 ਕਿਲੋ ਵੇ ਸੂਆ ਦੂਸਰਾ ਪਿੱਛੇ ਦੇ ਕੱਟੀ ਮਾਸ਼ਾਅੱਲਾ ਜੀ। 5-6 ਦਿਨ ਹੋ ਗਏ ਨੇ, ਥਣ ਦੋਸਤਾਂ ਵੇਖ ਲੈਣੇ ਨੇ ਤੇ ਸੋਹਣੀ ਵਾਂਡੇ ਮਾਸ਼ਾਅੱਲਾ ਜੀ। ਧੁੰਨੀ ਛੋਟੀ ਹੈ, ਨਸਲੀ ਹੈ, ਨਸਲਦਾਰ ਦੋਸਤਾਂ ਦੇ ਸਾਹਮਣੇ ਤੇ ਮੁਕੰਮਲ ਨਜ਼ਾਰਾ ਦੋਸਤਾਂ ਕਰਨ ਨੰਬਰ 2 ਤੇ ਆ ਗਈ ਮਾਸ਼ਾਅੱਲਾ ਜੀ। ਹਾਈਟ ਲਾਮ ਚੈੱਕ ਕਰ ਲੈਣੀ ਹੈ ਝੋਟੀ ਨੰਬਰ 2। ਲੈ ਚਲੋ ਬਾਈ ਜਾਨ, ਲਓ ਜੀ ਦੋਸਤੋ ਲਿਬਾਸ ਇੱਕ ਦਫ਼ਾ ਫਿਰ ਵੇਖ ਲੈਣਾ ਮਾਸ਼ਾਅੱਲਾ ਜੀ। ਪੁੱਠਾ ਵੀ ਚੈੱਕ ਕਰ ਲੈਣਾ ਨੰਬਰ 2 ਤੇ ਚੈੱਕ ਕਰ ਲੈਂਦੇ ਹਾਂ। 3 ਮਾਸ਼ਾਅੱਲਾ ਜੀ, ਤੇ ਨੰਬਰ 2 ਤੇ ਚੈੱਕ ਕਰਾਈਏ ਤੇ ਚੀਜ਼ਾਂ ਵੀ ਯਾਨੀ ਕਿ ਮਿਆਰ ਤੇ ਇਨਸ਼ਾਅੱਲਾ ਪੂਰਾ ਉਤਰਨ ਦੀ। ਠੀਕ ਹੈ, ਅੱਗੋ ਭਾਈ ਲੈ ਆਓ ਜੀ, ਅੱਗੋ ਆ ਗਈ ਨੰਬਰ 3 ਤੇ ਮਾਸ਼ਾਅੱਲਾ ਜੀ, ਸਾਰੀਆਂ ਸੂਈਆਂ ਅੱਗੇ ਆ ਗਈ ਮਾਸ਼ਾਅੱਲਾ ਜੀ। ਨੰਬਰ 3 ਤੇ ਕਿੰਨਵਾਂ ਸੂਆ ਭਾਈ ਇਮਰਾਨ ਸਾਹਿਬ ਦਾ? ਦੂਸਰਾ ਸੂਆ ਸੂਈ ਦੇ ਪਿੱਛੇ ਇਹਦੇ ਵੀ ਕੱਟੀ ਜੇ ਤੇ ਪਰਸੋਂ ਦੀ ਸੂਈ ਇਹ ਦੂਸਰਾ ਸੂਆ ਮਾਸ਼ਾਅੱਲਾ ਜੀ, ਝੋਟੀ ਨੰਬਰ 3। ਖਿਲਾਰੇ ਭਾਈ ਜਾਨ, ਅਜ਼ਾਨ ਹੋ ਲੈਂਦਾ ਫਿਰ ਸ਼ੁਰੂ ਕਰਨੇ ਇੱਥੇ, ਖਿਲਾਰ ਲਓ। ਦੂਸਰਾ ਦਿਨ ਨੇ ਫਿਰ ਲਾਲ ਬੋਲੇ ਤੇ ਪਿੱਛੇ ਜਾ ਕੇ ਭਾਈ ਇਹਦੇ ਕੱਟੀ ਕੱਟੀ ਮਾਸ਼ਾਅੱਲਾ ਜੀ। ਨਾੜੂਆ ਸਾਹਮਣੇ ਨਜ਼ਰ ਆਉਂਦਾ ਪਿਆ ਦੋਸਤਾਂ, ਚੈੱਕ ਕਰ ਲੈਣਾ ਪਿੱਛੇ ਦੇ ਕੱਟੀ ਕਿੰਨਾ ਕੁ ਬੋਲਾ ਭਾਈ ਇਮਰਾਨ ਦੇ ਕੋਲ? ਝੋਟੀ ਨੰਬਰ 3, ਚਿਹਰਾ ਵੀ ਦੋਸਤਾਂ ਨੂੰ ਚੈੱਕ ਕਰਾਓ, ਚਿਹਰਾ ਸਾਹਮਣੇ ਕਰੋ ਜੀ। ਲਓ ਜੀ ਦੋਸਤਾਂ ਚੈੱਕ ਕਰੋ ਮਾਸ਼ਾਅੱਲਾ ਜੀ, ਪਿੱਛੇ ਦੇ ਕੱਟੀ ਦੋਸਤਾਂ ਫਿਰ ਚੈੱਕ ਕਰਨੀ ਟੋਰੇ ਭਾਈ ਜਾਨ। ਝੋਟੀ ਨੰਬਰ 3 ਦੂਸਰਾ ਸੂਆ, 12 ਕਿਲੋ ਬੋਲੇ ਦੀ ਗਰੰਟੀ ਹੋਈ ਦੀ, ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ। ਪੁੱਠਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ, ਅੱਡੀ ਚੈੱਕ ਕਰ ਲੈਣੀ ਹੈ ਤੇ ਇਹ ਚੈੱਕ ਕਰੋ ਜੀ ਲਿਬਾਸ ਵੀ, ਥਣ ਸੋਹਣੇ ਨੇ ਪਾਵਰਫੁੱਲ ਤੇ ਲਿਬਾਸ ਵੀ ਦੋਸਤਾਂ ਦੇ ਸਾਹਮਣੇ ਜੀ। ਭਾਈ ਇਮਰਾਨ ਸਾਹਿਬ, ਝੋਟੀ ਨੰਬਰ 3 ਦਾ ਰੇਟ ਇਹੋ ਜਿਹੇ ਥਣ ਘੱਟ ਝੋਟੀਆਂ ਨੂੰ ਹੁੰਦੇ ਜੇ ਲੱਗੇ ਹੁੰਦੇ ਜੇ ਸੋਹਣੇ ਥਣ ਨੇ ਮਾਸ਼ਾਅੱਲਾ ਜੀ, ਤੇ ਜੇ ਥਣ ਦੇ ਹਿਸਾਬ ਨਾਲ ਰੇਟ ਦੀ ਤੇ ਫਿਰ ਤਾਂ ਬੰਦਾ 3.5-4। ਨਹੀਂ ਨਹੀਂ, ਖੜਾਕ ਕਰਨਾ ਤੇ ਖੜਾਕ ਕਰਨਾ ਵਾਅਦਾ ਵੀ ਕੀਤਾ ਤੁਹਾਡੇ ਨਾਲ, ਤੇ ਰੇਟ ਇਹਦਾ ਸਿਰਫ 2,80,000 ਰੁਪਏ। 2,80,000, ਜ਼ਬਰਦਸਤ ਕੀਮਤ ਡਿਮਾਂਡ 2,80,000। ਝੋਟੀ ਨੰਬਰ 3 ਸੀ, ਅੱਗੇ ਆ ਗਈ ਜੀ ਨੰਬਰ 4 ਤੇ ਮਾਸ਼ਾਅੱਲਾ ਜੀ। ਇਹ ਪਹਿਲਨ ਝੋਟੀ ਹੈ ਜੀ, ਠੀਕ ਹੈ। ਥਣ ਵੀ ਦੋਸਤਾਂ ਵੇਖ ਲੈਣੇ ਨੇ ਸਾਰੀਆਂ ਪਹਿਲਨ ਝੋਟੀਆਂ ਨੇ, ਹਜੇ ਪਾਵਰਫੁੱਲ ਥਣ ਨਹੀਂ ਲੱਗੇ ਹੁੰਦੇ ਤੇ ਲਿਬਾਸ ਵੀ ਸੋਹਣਾ ਕੀਤਾ। ਕਿੱਦਾਂ ਦੀ ਸੂਈ ਹੈ ਭਾਈ ਇਮਰਾਨ ਸਾਹਿਬ? 10 ਕੁ ਦਿਨ ਹੋ ਗਏ ਨੇ ਸੂਆ, ਪਹਿਲਾਂ ਨੰਬਰ 4 ਤੇ ਚੈੱਕ ਕਰਾਉਂਦੇ ਹਾਂ ਮਾਸ਼ਾਅੱਲਾ ਜੀ। ਹਾਈਟ ਵੀ ਇਹਦੀ ਵੇਖਣੀ ਹੈ ਤੇ 6 ਦੰਦ। ਪਿਆਰਾ ਭਾਈ ਇੱਥੇ ਜ਼ਰਾ ਸਿੱਧੀ ਕਰੋ, ਹਰ ਇੱਕ ਜਾਨਵਰ ਨੂੰ ਜਾਂ ਇੱਥੇ ਭਾਈ ਸਾਹਮਣੇ ਕਰੋ। 6 ਦੰਦ ਮਾਸ਼ਾਅੱਲਾ ਜੀ, 10 ਕੁ ਦਿਨ ਹੋ ਗਏ ਨੇ ਪਹਿਲਾ ਸੂਆ ਸੂਈ ਹੈ। ਹਾਈਟ ਵੇਖ ਲੈਣੀ ਹੈ, ਕੱਦ ਵੀ ਚੰਗਾ, ਸਾਰੀਆਂ ਪਹਿਲਾਂ ਝੋਟੀਆਂ ਨੇ, ਹਜੇ ਕੱਦ ਵੀ ਨਹੀਂ ਲੱਗਾ ਹੁੰਦਾ ਭਾਈ। ਜ਼ਰਾ ਤੁਜੋ ਤੇ ਕਰੋ, ਇਹ ਚੈੱਕ ਕਰੋ ਮਾਸ਼ਾਅੱਲਾ ਜੀ। ਕਿੰਨਾ ਦੁੱਧ ਭਾਈ ਇਮਰਾਨ ਸਾਹਿਬ ਦੇ ਕੋਲ? 12 ਸਿਰ ਦੀ ਗਰੰਟੀ ਦੇ ਸਕਦੇ ਇਹਦੀ ਵੀ, ਪਹਿਲਾਂ ਹੋ ਕੇ ਇਹ 12 ਕਿਲੋ ਦੀ ਟੋਟਲ, ਯਾਨੀ ਬੱਚੇ ਸਮੇਤ 12 ਕਿਲੋ ਦੀ ਗਰੰਟੀ ਹੋਈ ਦੀ। ਪਿੱਛੇ ਜਾ ਕੇ ਪਿੱਛੇ ਦੇ ਕੱਟੀ, ਕਿੰਨੇ ਦੰਦ ਛਿੱਗੀ ਹੈ? ਹਾਂਜੀ, 6 ਦੰਦ। ਠੀਕ ਹੈ, ਬਿੱਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੀ ਰੰਗਾ ਸੇਮ ਹੈ। 12 ਕਿਲੋ ਦੁੱਧ ਦੀ ਗਰੰਟੀ ਹੋਈ ਦੀ। ਨੰਬਰ 4 ਤੇ ਚੈੱਕ ਕਰਾਉਂਦੇ ਹਾਂ ਮਾਸ਼ਾਅੱਲਾ ਜੀ, ਲਿਬਾਸ ਦੋਸਤਾਂ ਫਿਰ ਚੈੱਕ ਕਰਨਾ, ਪੁੱਠਾ ਵੀ ਵੇਖ ਲੈਣਾ ਜੀ। ਭਾਈ ਇਮਰਾਨ ਸਾਹਿਬ, ਝੋਟੀ ਨੰਬਰ 4 ਦਾ ਰੇਟ? ਭਾਈ ਫਰਾਜ਼, ਰੇਟ ਤਾਂ ਕੱਟਣਾ ਬੜੇ ਬੜੇ ਹੁੰਦੇ ਨੇ, ਲੇਕਿਨ ਅਸੀਂ ਮਾਲ ਵੇਚਣਾ, ਕੱਟੀ ਦਾ ਰੇਟ ਸਿਰਫ 2,70,000 ਰੁਪਏ। 2,70,000
ਜ਼ਿੰਦਾਬਾਦ ਜੀ, ਕੀਮਤ ਡਿਮਾਂਡ 2,70,000। ਬਾਈ ਇਹ ਕੁਝ ਜਾਨਵਰ ਲੈ ਕੇ ਆਓ, ਨੰਬਰ 4 ਤੇ ਚੈੱਕ ਕਰਾਈਏ, ਪਹਿਲਨ ਝੋਟੀ ਹੈ ਵਿੱਚ ਕੀ ਹੈ ਬਾਈ ਜਾਨ, ਕੀ ਗੱਲ ਹੈ, ਸਰਦੀ ਜ਼ਿਆਦਾ ਨਹੀਂ ਲੱਗਦੀ? ਫਿਰ ਲੈ ਆਓ ਕੁਝ ਆ। ਅੱਛਾ ਜਾਵੜੇ ਗੱਬਣਾ ਨੇ ਬਾਈ, ਫੜਾ ਦੇ ਤਿੰਨ ਗੱਬਣ ਨੇ। ਠੀਕ ਹੈ ਬਾਈ ਜਾਨ, ਲੈ ਆਓ ਤੁਸੀਂ ਅੱਗੋਂ ਜਾਨਵਰ ਰੈਡੀ ਰੱਖਣਾ। ਅਗਲਾ ਕਿਨਵਾਂ ਸੁਆ ਭਾਈ ਇਮਰਾਨ ਸਾਹਿਬ ਦਾ ਨੰਬਰ 5 ਤੇ ਆ ਗਈ ਮਾਸ਼ਾਅੱਲਾ ਜੀ, ਸੁਆ ਤੀਸਰਾ ਸੋਣਾ ਵਾਨਾ ਡੱਬ ਵਾਲਾ ਜੀ। ਦਿਨ ਕਿੰਨੇ ਲੈ ਰਹੀ ਹੈ? ਦਿਨ ਕੱਢਣੇ ਦਿਨ ਕੋ 8 ਕੇ ਦਿਨ ਲਿੰਦੀ ਵੀ। ਮੱਝ ਨੰਬਰ 5 ਸੁਆ ਤੀਸਰਾ, ਲਿਬਾਸ ਦੋਸਤਾਂ ਵੇਖ ਲੈਣਾ, ਤਸੱਲੀ ਕਰ ਲੈਣੀ ਮਾਸ਼ਾਅੱਲਾ ਜੀ। ਬਾਈ ਇੱਥੇ ਜ਼ਰਾ ਸਿੱਧੀ ਕਰਿਓ, ਜਿਹੜੇ ਦਿਨ ਦੱਸੀ ਦੇਣ ਕੋਈ 2-4 ਦਿਨ ਉੱਤੇ ਥੱਲੇ ਹੋ ਸਕਦੇ ਨੇ, ਖਿਲਾ ਰਿਹਾ। ਹਾਈਟ ਵੇਖਣੀ ਹੈ, ਪਹਿਲਵਾਨ ਚੀਜ਼ ਹੈ ਬਾਈ, ਜ਼ਰਾ ਸਾਹਮਣੇ ਕਰੋ। ਦੋਵਾਂ ਅੱਖਾਂ ਦੇ ਰੰਗ ਸੇਮ ਹੈ, ਕਾਲੀਆਂ ਅੱਖਾਂ ਨੇ ਮਾਸ਼ਾਅੱਲਾ ਜੀ। ਇਹ ਚੈੱਕ ਕਰੋ ਜੀ, ਵਾਨਾ ਪਿਆ। ਠੀਕ ਬਾਈ, ਲੈ ਚੱਲੋ ਧੁੰਨੀ ਵੀ ਦੋਸਤਾਂ ਵੇਖ ਲੈਣੀ, ਸਿਹਤ ਚੈੱਕ ਕਰ ਲੈਣੀ। ਨੰਬਰ 5 ਤੇ ਆ ਗਈ ਤੀਸਰਾ ਸੁਆ ਸੋਹਣਾ ਗੱਬਣ ਮੱਝ ਜੀ। ਭਾਈ ਇਮਰਾਨ ਸਾਹਿਬ, ਭਾਈ ਫਰਾਜ ਆਓ ਸਰ ਸਾਹਮਣੇ। ਮੱਝ ਨੰਬਰ 5 ਦਾ ਰੇਟ, ਭਾਈ ਫਰਾਜ ਸਿਰਫ 2.5 ਲੱਖ ਰੁਪਈਆ, 2,50,000 ਹਕੀਕਤ ਹੈ, ਸੇਲ ਤੇ ਲਾਣੀ ਹੈ ਨਾ। ਚਲੋ ਜ਼ਬਰਦਸਤ ਕੀਤਾ, ਸੇਲ ਲਾਣੀ ਹੈ। ਖੜਾਕ 2,50,000। ਅੱਗੇ ਆ ਗਈ ਜੀ ਨੰਬਰ 6 ਤੇ ਮਾਸ਼ਾਅੱਲਾ ਜੀ, ਇਹ ਵੀ ਗੱਬਣ ਹੈ ਜੀ, ਇਹ ਵੀ ਗੱਬਣ ਹੈ। ਕਿੰਨਵਾਂ ਸੁਆ ਦਾ? ਦੂਸਰੇ ਸੁਆ ਸੁਣਾ ਭਾਈ ਫਰਾਜ, ਦੂਸਰਾ ਸੁਆ ਸੁਣਾ ਨੰਬਰ 6 ਤੇ ਆ ਗਈ ਮਾਸ਼ਾਅੱਲਾ ਜੀ, ਗੱਬਣ ਝੋਟੀ ਹੈ ਤੇ ਨੰਬਰ 5 ਲਈ ਤਾਂ ਭਾਈ ਨਾਲ ਖੜਾਕ ਕੀਤਾ, ਤਗਵੀ ਇਨਸ਼ਾਅੱਲਾ ਕਰਵਾਉਂਦੇ ਹਾਂ। ਦਿਨ ਕਿੰਨੇ ਕੁ ਲੈ ਰਹੀ ਹੈ ਭਾਈ ਇਮਰਾਨ ਸਾਹਿਬ? 8 ਕੇ ਦਿਨ ਲੈਂਦੀ ਹੈ ਵੀ ਮਾਸ਼ਾਅੱਲਾ ਜੀ। ਥਣ ਵੇਖ ਲੈਣੇ ਨੇ, ਖਿਲਾਰੇ ਭਾਈ ਇੱਥੇ ਹਾਈਟ ਚੈੱਕ ਕਰ ਲੈਣੀ ਹੈ, ਕਾਲੀਆਂ ਅੱਖਾਂ ਨੇ, ਦੋਵਾਂ ਅੱਖਾਂ 'ਚ ਰੰਗ ਸੇਮ ਹੈ ਭਾਈ, ਸਾਹਮਣੇ ਕਰੋ ਹਾਂ ਜ਼ਰਾ, ਇਹ ਚੈੱਕ ਕਰੋ ਮਾਸ਼ਾਅੱਲਾ ਜੀ। ਠੀਕ ਹੈ, ਹੱਥ ਖਿਲਾਰਿਓ ਜ਼ਰਾ ਸਿੱਧੀ ਕਰਕੇ, ਥਣ ਵੀ ਚੈੱਕ ਕਰਨੇ ਨੇ। 8 ਕੇ ਦਿਨ ਲੈਂਦੀ ਵੀ ਸੁਬਾਹ ਦੂਸਰਾ ਸੋਹਣਾ, ਥਣ ਸੋਹਣੇ ਲੱਗੇ ਨੇ ਮਾਸ਼ਾਅੱਲਾ, ਧੁੰਨੀ ਛੋਟੀ, ਕੋਲੀ ਵੀ ਦੋਸਤਾਂ ਵੇਖ ਲੈਣੀ ਹੈ ਤੇ ਹਾਈਟ ਵੀ ਚੈੱਕ ਕਰਨੀ ਹੈ। ਟੋਰੋ ਭਾਈ ਜਾਨ ਆ ਗਈ ਜੀ ਨੰਬਰ 6 ਤੇ ਗੱਬਣ ਝੋਟੀ, ਤੇ ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਲਿਬਾਸ ਸੋਹਣਾ ਕਰਦੀ ਪਈ ਹੈ, ਲੈ ਕੱਚੀ ਹੈ, ਪੁੱਠਾ ਵੀ ਦੋਸਤਾਂ ਚੈੱਕ ਕਰ ਲੈਣਾ ਜੀ। ਭਾਈ ਇਮਰਾਨ ਸਾਹਿਬ, ਝੋਟੀ ਨੰਬਰ 6 ਦਾ ਰੇਟ? ਭਾਈ ਫਰਾਜ਼ ਇਹ ਜਿਹੜੀਆਂ ਗੱਬਣਾ ਝੋਟੀਆਂ ਨੇ ਨਾ, ਇਹ ਬੇਸ਼ੱਕ ਲੋਕ ਸਾਡੇ ਕੋਲ ਖੜ ਕੇ ਅੱਗੇ ਵਿੱਚ 40-40 ਪੰਜਾਬੀਆਂ ਪਹਿਲਵਾਨ ਚੀਜ਼ ਹੈ, ਜਿਸਮ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ, ਜਿਸਮਤ ਅੱਛੀ, ਇਹ ਚੈੱਕ ਕਰੋ ਜੀ ਜੀ। ਭਾਈ ਇਮਰਾਨ ਸਾਹਿਬ, ਕਿੰਨਵਾਂ ਸੁਆ ਨੇ ਸੋਹਣਾ? ਦੂਸਰਾ ਸੁਆ ਸੋਹਣਾ, ਖਿਲਾਰੇ ਭਾਈ ਜਾਨ, ਜਿਸਮ ਕੁੰਜੇ ਆ, ਸੁਆ ਦੂਸਰਾ ਸੋਹਣਾ, ਥਣ ਵੀ ਸੋਹਣੇ ਲੱਗੇ ਨੇ, ਬੱਗੀ ਮੁੱਛੇ, ਚਿਹਰਾ ਦੋਸਤਾਂ ਵੇਖ ਲੈਣਾ, ਬਿੱਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੇ ਰੰਗ ਸੇਮ ਹੈ। ਦਿਨ ਕਿੰਨੇ ਕੁ ਲੈ ਰਹੀ ਹੈ ਭਾਈ ਇਮਰਾਨ ਸਾਹਿਬ? ਭਾਈ ਫਰਾਜ਼ ਇਹਨੇ ਕੋਈ ਥੋੜੀ ਲੈਣੀ, ਕੋਈ 2-3 ਦਿਨ ਹੀ ਲੈਣੀ, 2-3 ਦਿਨ ਹੀ ਲੈਂਦੀ ਹੈ। ਠੀਕ ਹੈ ਜੀ ਭਾਈ, ਜ਼ਰਾ ਸਿੱਧੀ ਕਰੋ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਥਣ ਵੀ ਦੋਸਤਾਂ ਵੇਖ ਲੈਣੇ ਨੇ, ਸੁਆ ਦੂਸਰਾ ਸੋਹਣਾ, ਤੇ ਕੋਈ 2-4 ਦਿਨ ਲੈਂਦੀ ਹੈ ਮਾਸ਼ਾਅੱਲਾ ਜੀ। ਝੋਟੀ ਨੰਬਰ 7 ਸੋਹਣੇ ਪਿਆਰੇ ਭਾਈ, ਲੋ ਜੀ ਦੋਸਤਾਂ ਚੈੱਕ ਕਰੋ ਮਾਸ਼ਾਅੱਲਾ ਜੀ ਨਜ਼ਾਰਾ, ਖੂਬਸੂਰਤੀ ਵੀ ਦੋਸਤਾਂ ਦੇ ਸਾਹਮਣੇ, ਤੇ ਲਿਬਾਸ ਫਿਰ ਚੈੱਕ ਕਰ ਲੈਣਾ ਜੀ ਜੀ। ਭਾਈ ਇਮਰਾਨ ਸਾਹਿਬ, ਝੋਟੀ ਨੰਬਰ 7 ਦਾ ਰੇਟ? ਭਾਈ ਫਰਾਜ਼ ਦਾ ਰੇਟ ਨਹੀਂ ਜੀ, ਹਾਂਜੀ, ਜਿਹੜਾ ਕੋ ਭਰਾ ਰਾਬਤਾ ਕਰੇਗਾ ਨਾ, ਅੱਛਾ, ਉਹਦੇ ਨਾਲ ਹੀ ਕਰ ਲਾਂਗੇ, ਇਹਦਾ ਰੇਟ ਰਹਿਣ ਦਿਓ। ਇਹ ਜਾਨਵਰ ਸ਼ੌਕੀ ਆ, ਹਾਂਜੀ, ਤੇ ਅਗਰ ਕਿਸੇ ਦੋਸਤ ਦੀ ਸਮਝ 'ਚ ਆਉਂਦੀ ਹੈ, ਭਾਈ ਇਹਨਾਂ ਦੇ ਨੰਬਰ ਸਕਰੀਨ 'ਤੇ ਆ ਰਹੇ ਨੇ, ਦੋਸਤ ਰਾਬਤਾ ਕਰ ਸਕਦੇ ਨੇ, ਝੋਟੀ ਨੰਬਰ 7 ਹੀ। ਅੱਗੇ ਭਾਈ ਲਿਆਓ ਜੀ, 4 ਗਾਵਾਂ ਨੇ ਪਿਆਰੇ ਭਾਈ, ਲਿਆਓ ਜੀ। ਆ ਗਈ ਜੀ ਵੈੜ ਨੰਬਰ 1, ਪਹਿਲਾਂ ਨੇ ਭਾਈ ਇਮਰਾਨ ਜੀ, ਪਹਿਲਾਂ ਮੂੰਹ ਦੀ 2 ਦੰਦ, ਠੀਕ ਹੈ, 2 ਦੰਦ ਦੇ ਖਿਲਾਰੇ ਭਾਈ, ਜਾ ਅੱਗੇ ਕਰ ਲਿਓ। ਨੰਬਰ 1 ਤੇ ਆ ਗਈ ਮਾਸ਼ਾਅੱਲਾ ਜੀ, 2 ਦੰਦ ਸੁਆ ਪਹਿਲਾਂ ਸੂਈ, ਕਿੰਨੇ ਕੁ ਦਿਨ ਹੋ ਗਏ ਨੇ ਭਾਈ ਸੂਇਆਂ ਨੂੰ? ਭਾਈ ਸੂਈ ਨੂੰ ਹੋ ਗਏ ਕੋਈ 10 ਕੁ ਦਿਨ, 10 ਕੁ ਦਿਨ ਹੋ ਗਏ ਨੇ। ਦੁੱਧ ਕਿੰਨਾ ਦੇ ਕੋਲ? ਦੁੱਧ ਵੀ 10 ਕਿਲੋ।
ਪਿਛਲੇ ਨੂੰ ਬਹੁਤੀ ਤਰਜੀਹ ਦਿੰਦੇ ਹੋਵੇ, ਦੋਵੇਂ ਇਸ਼ਾਵਾਂ ਚੰਗੀਆਂ ਹੁੰਦੇ, ਕੰਮ ਫੇਰ ਹੀ ਸਿੱਧੇ ਹੁੰਦੇ, ਠੀਕ ਐ। ਚੈੱਕ ਕਰੋ ਮਾਸ਼ਾਅੱਲਾ ਜੀ ਭਾਈ, ਇਹਦਾ ਚਿਹਰਾ ਸਾਹਮਣੇ ਕਰਿਓ ਜੀ, ਚਿਹਰਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ। ਅਗਰ ਆਸਾਨੀ ਨਾਲ ਚੈੱਕ ਕਰਾ ਕਲਾਮੀ ਨਹੀਂ ਵੇਖ ਲਵੋ ਦੋ ਦੰਦ ਜੀ, ਇਹ ਚੈੱਕ ਕਰੋ ਮਾਸ਼ਾਅੱਲਾ ਜੀ ਭਾਈ, ਥੱਲੇ ਕਰਿਓ ਜਰਾ ਵੀਰ ਜੀ, ਦੋ ਦੰਦ ਪੱਕੇ ਲੱਭਦੇ ਨੇ, ਠੀਕ ਹੈ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਥਾਣੇ ਵੀ ਦੋਸਤਾਂ ਚੈੱਕ ਕਰਨੇ ਨੇ, ਪਹਿਲਾਂ ਵੈੜ ਦੋਂਦੀ 10 ਦਿਨ ਹੋ ਗਏ ਨੇ, ਪਿੱਛੇ ਵੱਛੀ ਤਾਂ ਸੀ ਜੀ ਵੱਛੀ, ਠੀਕ ਭਾਈ ਲੈ ਚਲੋ ਜੀ। ਨੰਬਰ 1 ਤੇ ਆ ਗਈ ਮਾਸ਼ਾਅੱਲਾ ਜੀ, 10 ਕਿਲੋ ਦੁੱਧ ਦੇ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ, ਨਸਲ ਦੱਸੋ ਦੇ ਜਾਂ ਚਾਚੇ ਬਾਬੇ ਖੁਦ ਹੀ ਫੈਸਲਾ ਕਰੇ, ਖੁਦ ਹੀ ਫੈਸਲਾ ਕਰਨਗੇ ਸਾਡੇ ਨਾਲ ਜੀ ਸਿਆਣੇ ਨੇ। ਉਹ ਇੱਕ ਨੂੰ ਮੈਂ ਆਖਿਆ ਫਰੀਦੀਆਂ, ਕਹਿੰਦਾ ਨਹੀਂ ਇਹ ਫਰੀਦੀਆਂ ਨਹੀਂ, ਇਹ ਹੋਰ ਹੈ। ਮੈਂ ਚਲੋ ਜੀ ਤੁਸੀਂ ਵੇਖ ਲਓ, ਅੱਛਾ ਠੀਕ ਹੈ, ਫਿਰ ਉਹ ਬਿਹਤਰ ਜਾਣਦੇ ਨਾ ਸਾਡੇ ਨਾਲੋਂ, ਸਾਡੇ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਭਾਈ ਜਾਨ, ਠੀਕ ਹੈ। ਕੀ ਡਿਮਾਂਡ ਇਹਦੀ? ਡਿਮਾਂਡ ਵੀ ਸਿਰਫ ਇਹਦੀ 2 ਲੱਖ ਰੁਪਈਆ, ਇੱਕ ਦੀ 2 ਲੱਖ ਦੀ, ਇੱਕ ਜਿਹੜੀ ਮਗਰ ਮਗਰ ਵਾਲੀ ਵੀ ਵਿੱਚ ਹੀ ਹੈ ਉਹ ਫਰੀ ਚ, ਫਿਰ ਠੀਕ ਹੈ। 2 ਲੱਖ ਅੱਗੇ ਆ ਗਈ ਹੈ ਜੀ ਨੰਬਰ 2 ਤੇ ਮਾਸ਼ਾਅੱਲਾ ਜੀ, ਦੂਸਰਾ ਸੂਆ ਨੰਬਰ 2 ਤੇ ਚੈੱਕ ਕਰਾਨੇ, ਥਾਨ ਵੇਖ ਲੈਣੇ ਦੋਸਤਾਂ ਨੇ, ਸੋਹਣੇ ਪਾਵਰਫੁਲ ਮਾਸ਼ਾਅੱਲਾ ਜੀ, ਮੱਝਾਂ ਵਾਲੇ ਥਾਨ ਨੇ, ਕਿਦਾਂ ਦੀ ਸੂਈ ਹੈ ਭਾਈ ਇਮਰਾਨ ਸਾਹਿਬ? 20 ਦਿਨ ਹੋ ਗਏ ਨੇ ਭਾਈ, ਇੱਥੇ ਖਿਲਾਰੋ ਜਰਾ, ਜਾ ਕੇ ਲਿਆਓ ਜੀ। ਸੂਆ ਦੂਸਰਾ 18-20 ਦਿਨ ਹੋ ਗਏ ਨੇ, ਦੂਸਰਾ ਸੂਆ ਸੂਈ ਹੈ ਮਾਸ਼ਾਅੱਲਾ ਜੀ, ਪਿੱਛੇ ਜਾ ਕੇ ਵੱਛਾ, ਇਹ ਚੈੱਕ ਕਰੋ ਜੀ ਵੱਛਾ, ਦੋਸਤਾਂ ਵੇਖ ਲੈਣੇ, ਚੰਗਾ ਸਿਹਤਮੰਦ, ਇਹ ਥਾਨ ਵੀ ਦੋਸਤਾਂ ਚੈੱਕ ਕਰਾਈਏ ਮਾਸ਼ਾਅੱਲਾ ਜੀ। ਇਹ ਭਾਈ ਇਮਰਾਨ ਸਾਹਿਬ ਕਿੰਨਾ ਦੁੱਧ ਇਹਦੇ ਕੋਲ? ਭਾਈ ਫਰਾਜ 12 ਕਿਲੋ ਦੀ ਗਰੰਟੀ ਦੇ ਸਕਦੇ, ਦੋਵਾਂ ਟਾਈਮਾਂ ਦਾ ਟੋਟਲ, ਯਾਨੀ ਬੱਚੇ ਸਮੇਤ 12 ਕਿਲੋ ਪ੍ਰਿੰਟ ਤੇ ਲਾਮ ਦੋਸਤਾਂ ਚੈੱਕ ਕਰ ਲੈਣੀ ਹੈ, ਪਿੱਛੇ ਦੇ ਬੱਚਾ ਸਿਹਤਮੰਦ, ਦੂਸਰਾ ਸੂਆ ਸੂਈ ਹੈ, 18-20 ਦਿਨ ਹੋ ਗਏ ਨੇ, 12 ਕਿਲੋ ਦੁੱਧ ਹੈ ਜੀ ਦੋਵਾਂ ਟਾਈਮਾਂ ਦਾ ਇਹ ਟੋਟਲ ਬੱਚੇ ਸਮੇਤ। ਲਿਬਾਸ ਇੱਕ ਦਫ਼ਾ ਫਿਰ ਚੈੱਕ ਕਰਨਾ ਜੀ ਭਾਈ ਇਮਰਾਨ ਸਾਹਿਬ, ਇਹ ਵੈੜ ਨੰਬਰ 2 ਦਾ ਰੇਟ ਭਾਈ ਫਰਾਜ, ਪੈਕੇਜ ਹੀ ਹੈ ਨਾ, ਪੈਕੇਜ ਹੀ ਸਰ, ਸਿਰਫ 1,90,000 ਰੁਪਏ, 1,90,000, 170 ਲੈ ਲੈ ਪਿੱਛੇ ਵੀ ਇਨਸ਼ਾਅੱਲਾ, ਉਹ ਪਿੱਛੇ ਹੈ, ਉਹ ਸਾਰੀਆਂ ਸਿਮਾਂ ਵਾਲਾ ਪੈਕੇਜ ਹੈ ਜਿਹੜਾ ਸਾਰਿਆਂ ਤੇ ਲੱਗ ਜਾਂਦਾ, ਉਹ ਪੈਕੇਜ ਪਿੱਛੇ ਜੀ, ਇਹ ਮਹਿਸੂਸ ਪੈਕੇਜ ਹੈ, ਅਤੇ ਤੈਯਬ ਸਾਹਿਬ ਕਹਿ ਰਹੇ ਜਿਹੜਾ ਪਿੱਛੇ ਵੇ ਉਹ ਸਾਰੀਆਂ ਸਿਮਾਂ ਤੇ ਲੱਗ ਜਾਏਗਾ, ਅਤੇ ਬਾਬੇ ਰੀ ਵੀ ਰਾਜ਼ੀ ਹੁੰਦੇ ਨੇ ਪੂਰੇ ਪੈਗਾਮ ਹੈ ਸਾਰਿਆਂ ਨੇ, ਅਤੇ ਤੁਹਾਡਾ ਵੀ ਇਨਸ਼ਾਅੱਲਾ। ਮੈਂ ਸੋਚਣ ਡਿਆ ਵੀ ਉਹ ਪੈਕੇਜ 4G 24 ਘੰਟੇ ਟਨ ਸਰਵਿਸ, ਠੀਕ ਅੱਗੇ ਭਾਈ ਲੈ ਆਓ ਜੀ, ਕਰੋ ਹਾਈਜੀਨ ਨੂੰ ਯਾਦ ਕਰੋ, ਕਿਦਾਂ ਦੀ ਸੂਈ ਹੈ ਭਾਈ ਇਮਰਾਨ? 2 ਦਿਨ ਹੋਏ ਨੇ ਫਿਲਹਾਲ ਬੋਲੇ ਤੇ, ਕਾਲੇ ਥਾਨ ਨੇ ਮਾਸ਼ਾਅੱਲਾ ਜੀ, ਥਾਣਾ ਦੀ ਵੰਡ ਦੋਸਤਾਂ ਵੇਖ ਲੈਣੀ ਹੈ, ਕਿੰਨਾ ਬੋਲਿਆ ਭਾਈ ਇਮਰਾਨ ਦੇ ਕੋਲ? 10 ਕਿਲੋ ਦੀ ਗਰੰਟੀ ਦੇ ਸਕਦੇ, ਦੋਵਾਂ ਟਾਈਮਾਂ ਦਾ 10 ਕਿਲੋ ਪਿੱਛੇ ਜਾ ਕੇ ਭਾਈ ਖਿਲਾ ਰਹੇ ਹੋ, ਵੱਛੀ ਮਾਸ਼ਾਅੱਲਾ, ਜਿਹੜੀ ਚੀਜ਼ ਪਿੱਛੇ ਦੋਸਤਾਂ ਵੇਖਣੀ ਹੈ, ਨਸਲੀ ਵੱਛੀ ਹੈ, ਨਾੜੂ ਸਾਹਮਣੇ ਨਜ਼ਰ ਆਉਂਦਾ ਪਿਆ, ਵੈੜ ਨੰਬਰ 3 ਪਹਿਲਾ ਸੂਆ ਸੂਈ ਹੈ, 2 ਦੰਦ ਮਾਸ਼ਾਅੱਲਾ ਜੀ, ਫਿਲਹਾਲ ਬੋਲੇ ਤੇ 10 ਕਿਲੋ ਬੋਲੇ ਦੀ ਗਰੰਟੀ ਹੋਈ ਜੀ ਦੋਵਾਂ ਟਾਈਮਾਂ ਦੀ ਟੋਟਲ, ਥਾਣ ਕਾਲੇ ਮਾਸ਼ਾਅੱਲਾ ਜੀ, ਨੰਬਰ ਆ ਗਈ ਹੈ 3 ਤੇ, ਕੀਮਤ 1 ਲੱਖ ਤੇ ਜੀ 70,000 ਨੰਬਰ 3 ਤੇ ਚੈੱਕ ਕਰਾਈਏ, ਸਭ ਤੋਂ ਕੰਮ ਕੀਮਤ ਅੱਜ ਦੀ, ਤੇ ਚੀਜ਼ ਵੀ ਅੱਛੀ ਹੈ, ਪਿੱਛੇ ਜਿਹੜੀ ਚੀਜ਼ ਹੈ ਮਾਸ਼ਾਅੱਲਾ ਜੀ ਨਸਲੀ ਹੈ, ਅੱਗੇ ਭਾਈ ਲੈ, ਪਿੱਛੇ ਜਿਹੜੀ ਚੀਜ਼ ਫਰਾਜ਼ ਸਾਹਿਬ ਚਾਂਦੀ 'ਚ ਮੜਾ ਕੇ ਗਲ 'ਚ ਪਾਉਣ ਵਾਲੀ ਹੈ, ਪੂਰਾ ਦਾਣਾ ਘੀਕ ਦਾ
ਹਾਂਜੀ ਮਾਸ਼ਾਅੱਲਾ ਜੀ ਸੋਹਣੀ ਹੈ ਨਸਲੀ ਗਾੜ ਜੀ। ਅੱਛਾ ਹੈ ਵੀ ਤੋਹਫਾ ਹੀ ਜੇ। ਹਾਂਜੀ ਮਾਸ਼ਾਅੱਲਾ ਜੀ ਚੀਜ਼ ਅੱਛੀ ਗੱਬਣ ਆ। ਠੀਕ ਹੈ ਲੋ ਜੀ ਦੋਸਤੋ ਚੈੱਕ ਕਰੋ ਜੀ, ਹੈ ਵੀ ਕਦ ਆਵਰੇ ਗੱਬਨ ਵੈੜ ਹੈ। ਸੂਆ ਕਿਨਵਾਂ ਨੇ ਸੁਣਿਆ, ਦੂਸਰਾ ਸੂਆ ਸੁਣਿਆ, ਕੰਨ ਐਵੇਂ ਛੋਟੇ ਛੋਟੇ ਨੇ ਪਿਆਰੇ ਭਾਈ। ਕਰੋ ਜ਼ਰਾ ਸਿੱਧੀ ਹੱਥੇ ਖਿਲਾ ਰਹੇ ਹੋ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਹਾਈਟ ਵੇਖ ਲੈਣੀ ਹੈ, ਕੰਨ ਐਵੇਂ ਛੋਟੇ ਛੋਟੇ ਨੇ, ਦੂਸਰਾ ਸੂਆ ਨੇ ਸੁਣਿਆ ਮੈਂ। ਗੱਲੀ ਬਾਤ ਹੀ ਨਹੀਂ, ਐਂਜੀ ਬਹਿ ਜਾਓ ਥੱਲੇ। ਠੀਕ ਹੈ ਤੇ ਵੇਖੋ ਪੋਲੀ ਕਿੰਨੀ ਕਿੰਨਾ ਕੁ ਬਣਨਾ, ਤੇ ਜਿਹਦੇ ਕੋਲ ਲਈ ਹੈ ਮਾਲਕ ਆਉਂਦੇ ਹਾਂ ਜੀ 20 ਕਿਲੋ ਤੋਂ ਘੱਟ ਰਹੇਗੀ ਤੇ ਸਾਨੂੰ ਪੈਸਾ ਇੱਕ ਨਾ ਦਿਓ। ਠੀਕ ਹੈ 20 ਦੀ ਗਰੰਟੀ ਵੀ ਦਿੰਦੇ ਜੀ ਪਿਛਲੇ ਸੂਏ ਦੀ। ਦਿਨ ਨੂੰ ਕਿੰਨੇ ਕਿ ਲੈ ਰਹੀ ਹੈ? ਦਿਨ ਲੈਂਦੀ ਜੀ 7 ਤੋਂ 8 ਜੀ। 7-8 ਦਿਨ ਲੈਂਦੀ ਹੈ ਵੀ। ਦੂਸਰਾ ਸੂਆ ਸੋਹਣਾ, ਸ਼ਰਾਫਤ ਦੋਸਤਾਂ ਨੂੰ ਚੈੱਕ ਕਰਾ ਦਿੱਤੀ, ਹਾਈਟ ਵੇਖ ਲੈਣੀ, ਕੰਨ ਐਵੇਂ ਛੋਟੇ ਛੋਟੇ, ਨਸਲੀ ਚੀਜ਼ ਪ੍ਰਿੰਟ ਵੀ ਸੋਹਣਾ, ਤੇ ਥਣ ਦੋਸਤਾਂ ਨੂੰ ਫਿਰ ਚੈੱਕ ਕਰਾ ਦਿੰਦੇ ਹਾਂ। ਮਾਸ਼ਾਅੱਲਾ ਜੀ ਬਾਈ ਟੋਰੇ ਹੋਲ ਕੇ ਜੀ ਨੰਬਰ ਆ ਗਈ ਫਰਾਜ਼, ਸਿਰਫ ਸਰਦੀ ਦੀ ਵਜ੍ਹਾ ਤੇ ਡੰਗਰ ਨਵਾਏ ਨਹੀਂ ਗਏ ਜੀ ਜੀ, ਤੇ ਹੋਰ ਦੇ ਹੋਰ ਤੇ ਲੱਭਣ ਜੀ। ਮਾਸ਼ਾਅੱਲਾ ਜੀ ਜਾਨਵਰ ਹੁੰਦੀ ਖੂਬਸੂਰਤ ਨੇ, ਚੀਜ਼ ਸਾਹਮਣੇ ਨਜ਼ਰ ਆਉਂਦੀ ਹੈ ਵੀ। ਵੈੜ ਨੰਬਰ 4 ਜੀ ਭਾਈ ਇਮਰਾਨ ਸਾਹਿਬ, ਵੈੜ ਨੰਬਰ 4 ਬਾਬਾ ਜੀ ਆਇਓ ਜੀ ਤੁਹਾਡੀ ਜ਼ਰੂਰਤ ਹੈ। ਵੈੜ ਨੰਬਰ 4 ਦਾ ਰੇਟ, ਇਹਦਾ ਰੇਟ ਸਿਰਫ ਭਾਈ ਫਰਾਜ਼ 2,50,000 ਰੁਪਈਆ। 2,50,000 ਜ਼ਿੰਦਾਬਾਦ। ਇਹ ਗੱਬਨ ਨੇ ਫੇਰ ਵੀ ਦੋਸਤਾਂ ਨੂੰ ਰੇਟ ਦਿੱਤਾ, ਚੀਜ਼ ਵੀ ਸ਼ੋਕੀ ਆ, ਕੀਮਤ ਡਿਮਾਂਡ 2,50,000 ਰੇਟ ਸਿਰਫ ਇਸ ਵੀਡੀਓ ਦਾ। ਠੀਕ ਹੈ ਅਗਲੇ ਵੀਡੀਓ ਵਿੱਚ ਸੂਪ ਹੈ ਤੇ ਇਹਦਾ ਰੇਟ ਹੋਰ ਹੋਣਾ। ਅੱਜ ਤੁਸੀਂ ਮਿਹਨਤ ਕਰਨੀ 7 ਦਿਨ ਸਰਦੀ, ਸਰ ਪੂਰੇ 3 ਲੱਖ ਦੀ ਹੈ ਸਾਡੀ, ਅਸੀਂ 2.5 ਲੱਖ ਰੁਪਇਆ ਰੇਟ ਦੇਣ ਡਿਆ ਸਿਰਫ ਸੋਨ ਵਾਲੀ ਕਰਕੇ। ਚਲੋ ਸਰ ਅੱਲਾ ਰੱਖੇ। ਬਾਈ ਤਨਵੀਰ ਸਾਹਿਬ ਆਹੋ ਜ਼ਰਾ ਸਾਹਮਣੇ। ਸਲਾਮੁਅਲੈਕਮ ਜੀ। ਜੀ ਵਾਲੇਕੁਮ ਅਸਲਾਮ। ਸਰਦੀ ਹੈ ਵੇ? ਇਹ ਅੱਲਾ ਦੇ ਹੁਕਮ ਨਾਲ ਹੈ। ਪਹਿਲੀ ਗੱਲ ਤਾਂ ਇਹ ਵੇ ਵੀ ਅੱਜ ਸਰਦੀ ਹੈ ਵੀ, ਅਤੇ ਦੂਜਾ ਨਾ ਇਹ ਵੇ ਵੀ ਅੱਜ ਹਾਂ ਨਾ ਮਾਲ ਨਵਾ ਲਿਆ ਨਹੀਂ ਸਾਡਾ ਆਪਣਾ ਪਾਲਾ ਪਹਿਲਾਂ ਵੀ ਨਹੀਂ ਲੱਗਾ। ਖੁਦ ਕੋਈ ਧੋਤਾ ਮੂੰਹ ਛੂਗੀ ਨਹੀਂ? ਮੈਂ ਤੋ ਲਿਆ। ਚਲੋ ਠੀਕ ਹੈ, ਜਿੰਨੇ ਨਹੀਂ ਧੋਤਾ ਉਹ ਰਹਿਣ ਦਵੋ। ਕੀ ਪੈਗਾਮ ਹੈ ਦੋਸਤਾਂ ਵਾਸਤੇ? ਪੈਗਾਮ ਦੋਸਤਾਂ ਵਾਸਤੇ ਇਹ ਵੇ ਬੜਾ ਮਜ਼ਾ ਆਇਆ, ਅਲਹਮਦੁਲਿਲਾ ਕਾਫੀ ਦੋਸਤਾਂ ਨੇ ਮਾਲ ਆਨਲਾਈਨ ਵੀ ਚਵਾਇਆ, ਕੁਝ ਦੋਸਤਾਂ ਨੇ ਆਣ ਕੇ ਚਵਾ ਕੇ ਵੀ ਖੜਿਆ ਤੇ ਮਜ਼ਾ ਬਹੁਤ ਆਇਆ ਪਿਛਲੀਆਂ ਵੀਡੀਓ ਨਾਲ। ਜ਼ਿੰਦਾਬਾਦ। ਸਭ ਤੋਂ ਬਿਹਤਰ ਹੋ ਗਿਆ? ਸਭ ਤੋਂ ਬਿਹਤਰ ਇਹ ਵੇ, ਮੇਰਾ ਦਿਲ ਬੜਾ ਰਾਜ਼ੀ ਹੋਇਆ ਇਸ ਗੱਲ 'ਤੇ ਵੀ ਖੁਦਾ ਦਾ ਸ਼ੁਕਰ ਹੈ ਭਰਾ ਰਾਜ਼ੀ ਹੋ ਕੇ ਗਏ ਨੇ, ਅਤੇ ਵਿੱਚ ਅੱਲਾ ਪਾਕ ਦੀ ਜ਼ਾਤ ਉਹਨਾਂ ਨੂੰ ਤੰਦਰੁਸਤ ਦੇ, ਸਿਹਤ ਦੇ, ਵਿੱਚ ਇੰਝ ਦੇ ਵੀ ਭਰਾ ਆਏ ਨੇ ਕਿ ਉਹਨਾਂ ਨੇ ਸਾਡੇ ਘਰ ਥਣਾਂ 'ਤੇ ਹੱਥ ਨਹੀਂ ਧਰਿਆ ਅਤੇ ਜਾ ਕੇ ਅਤੇ ਅੱਛੇ ਲਫਜ਼ਾਂ ਨਾਲ ਯਾਦ ਕੀਤਾ, ਉਹਨਾਂ ਨੇ ਆਖਿਆ ਜੀ ਮਜ਼ਾ ਆਇਆ। ਮਾਸ਼ਾਅੱਲਾ ਜੀ, ਮੈਂ ਉਹਨਾਂ ਦਾ ਬੜਾ ਹੀ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਸਾਨੂੰ ਚੰਗੇ ਲਫਜ਼ਾਂ ਦੀ ਯਾਦ ਕੀਤੀ। ਜ਼ਿੰਦਾਬਾਦ। ਬਾਕੀ ਪੈਗਾਮ ਇਹ ਵੇ ਦੋਸਤਾਂ ਵਾਸਤੇ, ਅਲਹਮਦੁਲਿਲਾ ਮਾਲ ਅੱਜ ਵੀ ਚੰਗਾ ਲਿਆਂਦਾ, ਅਤੇ ਉਂਝ ਇਹ ਵੇ ਵੀ ਭਾਈ ਅਤੇ ਇਮਰਾਨ ਆਖੰਡੇ ਹਨ ਕਿ ਲਾਲ ਗੋਦੜੀਆਂ 'ਚ ਲੱਭ ਦੇਣੇ, ਅਤੇ ਇਹ ਗੱਲ ਜੈਨੂਅਨ ਅੱਜ ਨਵਾ ਲਿਆ ਨਹੀਂ ਗਏ ਪਰ ਸੁਣਿਆ ਜੀ ਬਹੁਤੇ ਲੱਗਣਗੇ ਵੀਡੀਓ ਸਾਡਾ ਜਾਨਵਰ। ਇਨਸ਼ਾਅੱਲਾ ਜੀ, ਇਨਸ਼ਾਅੱਲਾ। ਮਿਹਨਤ ਸਰ ਤੁਹਾਡੀ ਵੀ ਕਿ ਅੱਛੇ ਜਾਨਵਰ ਲੈ ਕੇ ਆਉਂਦੇ ਹੋ ਸ਼ੌਕੀ। ਅੱਲਾ ਪਾਕ ਜ਼ਿੰਦਗੀ ਦੇ ਤੰਦਰੁਸਤੀ ਦੇ, ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਏ, ਕੋਈ ਭਰਾਵਾਂ ਨੂੰ ਕੋਈ ਰੇਟਾਂ 'ਚ ਕੋਈ ਫਰਕ ਲੱਗਦਾ ਹੋਏ ਅਤੇ ਮੈਂ ਵੀ ਨਾ ਕਮੈਂਟ ਕਰਕੇ ਆਖਿਆ ਕਰਾਂ, ਫਟਾਫਟ ਕਾਲ ਮਾਰਨ ਨੰਬਰ ਚੱਲਦੇ ਨਾ, ਮੈਂ ਕਾਹਦੇ ਲਈ ਮੈਂ ਇਸ ਲਈ ਸੁਣਾਂ। ਕੀ ਬਾਤ ਹੈ, ਪਰ ਨਾ ਵੀ ਪੜ੍ਹਨਾ ਨਾ ਪੜ੍ਹ ਜਾ ਬੰਦਾ ਵਾ, ਕਮੈਂਟ 'ਚ ਨਾ ਵੀ ਪੜ੍ਹਨਾ ਤਾਂ ਮੈਂ ਇਸ ਲਈ ਕਾਲ ਕਰ ਲਿਆ ਕਰੋ, ਮੇਰੇ ਕੰਨ ਤਰਸਦੇ ਹੁੰਦੇ ਭਰਾਵਾਂ ਦੀ ਗੱਲ ਸੁਣੋ। ਜ਼ਿੰਦਾਬਾਦ। ਠੀਕ ਹੈ, ਬਾਕੀ ਭਾਈ ਰੇਟਾਂ 'ਚ ਕਮੀ ਪੇਸ਼ੀ ਰਹੀ ਗਈ ਹੋਏਗੀ ਨਾ, ਤਾਂ ਭਾਈ ਫਰਾਜ਼ ਫਿਰ ਵੀ ਅਸੀਂ ਤਾਬਿਆਦਾਰ ਹਾਂ, ਡੇਰੇ ਆਇਆ ਨਾ, ਜੇ ਕਿਸੇ ਦੇ ਨਸੀਬਾਂ ਸਾਡੇ ਘਰ ਦਾ ਮਾਲ ਹੋਇਆ ਤਾਂ ਖਾਲੀ ਤਾਂ ਨਾ ਭੇਜਾਂਗਾ ਮੇਰਾ, ਜਿੱਥੋਂ ਤੱਕ ਬਸ ਚੱਲਦਾ। ਇਨਸ਼ਾਅੱਲਾ ਜੀ, ਇਨਸ਼ਾਅੱਲਾ ਦੇ ਕੇ ਮਾਲ ਭੇਜਾਂਗਾ ਇਨਸ਼ਾਅੱਲਾ। ਇਹ ਜਿਹੜੀ ਗੱਲ ਤੁਹਾਨੂੰ ਅੱਗੇ ਦੱਸਿਆ ਕਿ ਬੰਦਿਆਂ ਨੇ ਥਣਾਂ 'ਤੇ ਹੱਥ ਧਰ ਕੇ ਨਹੀਂ ਮੱਝ ਖੜੀ, ਉਹ ਇਤਮਾਦ ਹੈ ਨਾ ਸਰ। ਪਹਿਲੀ ਵਾਰੀ ਸਾਡੇ ਕੋਲ ਆਏ ਨੇ ਤਾਂ ਗੱਡੀ ਲੈ ਕੇ ਆਏ ਨੇ ਗੁੱਜਰ ਖਾਨ ਤੋਂ, ਕਲਰ ਸਈਦਾਂ ਮੱਝ ਗਈ ਹੈ। ਠੀਕ ਹੈ, ਅਤੇ ਉਹਨਾਂ ਨੇ ਆਖਿਆ ਕਿ ਤੁਹਾਡੇ ਇਤਮਾਦ 'ਤੇ ਖੜਨੀ ਹੈ, ਉਂਝ ਉਹਨਾਂ ਨੂੰ ਮੁੱਲ ਲੱਗਦੇ 'ਚ ਵੀ 10,000 ਰੁਪਈਆ ਹੱਕੀ ਸੱਚੀ ਗੱਲ ਹੈ ਛੱਡਿਆ। ਕਿਉਂ ਛੱਡਿਆ? ਕੁਝ ਲੋਕ ਕਰਦੇ ਨੇ ਕਿ ਗੱਡੀ ਲੈ ਕੇ ਆਏ ਹੁਣ ਇਹਨਾਂ ਖੜਨੀ ਹੀ ਖੜਨੀ ਹੈ, ਲੇਕਿਨ ਉਹਨਾਂ ਨੂੰ ਇੰਨਾ ਪਿਆਰ ਕੀਤਾ ਕਿ ਉਹਨਾਂ ਨੂੰ ਲੱਗਦੇ ਮੁੱਲ 'ਚੋਂ ਵੀ 10,000 ਰੁਪਈਆ ਘੱਟ ਮੈਂ ਹੀ ਦੇ ਕੇ ਘੱਲਿਆ, ਕਿ ਤੁਹਾਡਾ ਮਜਬੂਰੀ ਦਾ ਕਿ ਤੁਸੀਂ ਗੱਡੀ ਲੈ ਕੇ ਨਜਾਇਜ਼ ਫਾਇਦਾ ਨਹੀਂ ਉਠਾਉਣਾ।
ਸਰ ਅੱਛੀ ਗੱਲ ਹੈ, ਠੀਕ ਉਹਨਾਂ ਨੂੰ ਰਾਜ਼ੀ ਕਰਕੇ ਭੇਜਿਆ ਤਾਂ ਉਹਨਾਂ ਜੋ ਆਖਿਆ ਉਹਨਾਂ ਦਾ ਕਬੂਲ ਕੀਤਾ ਮਾਸ਼ਾਅੱਲਾ, ਉਹਨਾਂ ਨਾਲ ਸੌਦਾ ਵੀ ਨਹੀਂ ਕੀਤਾ, ਠੀਕ ਹੈ। ਬਾਕੀ ਫਿਰ ਵੀ ਭਰਾਵਾਂ ਅੱਗੇ ਇਹੋ ਰਿਕੁਐਸਟ ਆਉਣ ਸਾਡੇ ਕੋਲ ਚਵਾਈਆਂ ਕਰਵਾਉਣ, ਮਾਲ ਇੱਕ ਦਿਨ ਦੋ ਦਿਨ ਚਵਾਉਣ, ਚਵਾ ਕੇ ਦਿਲ ਰਾਜ਼ੀ ਹੋਏ ਫਿਰ ਸਾਨੂੰ ਪੈਸੇ ਦੇਣ। ਬਾਕੀ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਏ ਤਾਂ ਉਹਦੀ ਮਦਦ ਚਾਹੁੰਦੇ ਹਾਂ, ਰੇਟਾਂ 'ਚ ਕੋਈ ਫਰਕ ਹੋਏ ਤਾਂ ਡੇਰੇ ਆਇਆਂ ਕੱਢ ਕੇ ਰੇਟ ਦੇ ਫਰਕ ਕੱਢ ਕੇ ਦੇ ਕੇ ਘੱਲਾਂਗੇ। ਜੇ ਕਿਸੇ ਦੇ ਨਸੀਬਾਂ 'ਚ ਦੁੱਧ ਸਾਡੇ ਘਰ ਦਾ ਹੋਇਆ ਤਾਂ ਸਾਡੇ ਮਾਲ ਦੇ ਨਸੀਬਾਂ 'ਚ ਕਿਸੇ ਦੇ ਘਰ ਦਾ ਪੱਠਾ ਹੋਇਆ ਤਾਂ ਰਾਜ਼ੀ ਕਰਕੇ ਭੇਜਾਂਗੇ। ਬਾਕੀ ਵੇਖਣ ਸੁਣਨ ਵਾਲੇ ਸਾਰੇ ਭਰਾਵਾਂ ਨੂੰ ਸਲਾਮਾਂ ਲੈ ਤੋਂ ਮਿਹਰਬਾਨੀ ਜਨਾਬ ਦੀ। ਜੀ ਭਾਈ ਤਨਵੀਰ ਸਾਹਿਬ, ਬਹੁਤ ਸ਼ੁਕਰੀਆ, ਮਾਸ਼ਾਅੱਲਾ ਜੀ ਅੱਛੀ ਗੁਫਤਗੂ ਕੀਤੀ ਹੈ, ਸ਼ੌਕ ਵੀ ਅੱਛਾ ਕਰਾਇਆ। ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ। ਇਜਾਜ਼ਤ ਚਾਹੁੰਦੇ ਹਾਂ, ਅੱਲਾਹ ਹਾਫਿਜ਼।